दिल कर काम तेरा देव सज्जन आशीषरिया जो हुए सारे विषयों मेल देवा वाका अनुसार सुमो संगता दी अरदास बेनती है पातशाह जी सरदार वेल सिंह जी कोलो संसार विच विचरदे आ जाने अनजाने होइया भुला नूं ना की तारदे आ सदीव काल अपने चरणा च निवास बख्शिश करना पिछे परिवार नूं साथ संबंधियां नूं भाणे च रहण दा बल प्रदान करना पातशाह जी परिवार वालों आप जी दे हजूर कड़ा प्रसाद सद के हाजर है गुमर है गवार भव जल डूबे ना उरवार ना पार सतगुर भेटे पूरा भाग साच रते एनस बैराग जो जुग में अमृत साची बाणी पूरा भाग हर नाम सुम आपे विकै आपे सच लाए सब किच साचा साचा है सोए उत्तम ब्रह्म पछाण कोए सच साचा सत आप करोड़ा ही खंडा ब्रह्मंडा के मालक अगे सारी संगत ने मिल के बेनती जोड़ी अरदास की है कि साढ़े बजुर्ग सत्कार जो सरबेल सिंह जी सेठी साहब को अकाल पुरख अपने चरणा च मात बख्शे परिवार को भाणा बनाना मत बख्शे जिथे तक सरबेल सिंह जी सेठी जी का लग है शहर ये वख वख कोणियों तो वख वख पार्टियों तो सारे असी एकत्र होए हैं सरदार रवेल सिंह सेठी जी की इस अंतिम अरदास दे विच सरदार रवेल सिंह जी सेठी होर वास्ते उन्होंने रूह की शांति लई अपनियां दुआवां अपनियां आखिरी इल्तजावां ते अरदास लैके जुड़ी गुरु रूप साध संगत वाहिगुरु जी का खालसा काटो काटो होई
Thank you.
ਜਿਵੇਂ ਜਿਵੇਂ ਪਰਿਵਾਰ ਵੱਲੋਂ ਹੁਕਮ ਸੀ ਅਸੀਂ ਉਸੇ ਤਰ੍ਹਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰੀ ਸੀ। ਹੁਣ ਆਪ ਜੀ ਜਿਸ ਤਰ੍ਹਾਂ ਹੁਕਮ ਕਰੋਗੇ ਚਰੇ ਮਰੇ ਸਿੱਧ ਪਾਈਏ
Thank you.
ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਖੁੱਲੇ
ਦੀਦਾਰ ਸੇਵਾ ਸੰਭਾਲ ਦਾ ਨਾਨ ਖਾਲਸਾ ਜੀ ਨੂੰ ਬਖਸ਼ੋ ਤੇ ਨਿਮਾਣਿਆਂ ਦੇ ਮਹਾਨ ਸਾਤੇ ਬਹਾਦਰ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਮੋਤੀ ਬਾਗ ਸਾਹਿਬ ਦੀਵਾਨ ਹਾਲ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨਾ ਕਮਲਾ ਪਾਸ ਅਰਦਾਸ ਬੇਨਤੀ ਰੁਦਰੀ ਹੈ ਪਾਤਸ਼ਾਹ ਜੀ ਜੇਹਾ ਤਿਰੀ ਲਿਖਿਆ ਏਹਾ ਹੁਕਮ ਕਮਾਏ ਘੱਲੇ ਆਵੇ ਨਾਨਕਾ ਸਦੇ ਉੱਠੀ ਜਾਏ ਦੇ ਮਾਂ ਵਾਕਾਂ ਅਨੁਸਾਰ ਪਾਤਸ਼ਾਹ ਜੀ ਆਪ ਜੀ ਦੇ ਦਰ ਘਰ ਦੇ ਪੀਰਵਾਨ ਸਰਦਾਰ ਵੇਲ ਸਿੰਘ ਆਪ ਜੀ ਨੇ ਜਿੰਨੀ ਸਵਾਸਾਂ ਦੀ ਪੂੰਜੀ ਬਖਸ਼ਿਸ਼ ਕੀਤੀ ਸੀ ਸੰਸਾਰ ਤੇ ਖਰਚ ਕਰਦੇ ਆ ਆਪ ਜੀ ਦੇ ਭਾਣੇ ਅੰਦਰ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਹਨ ਪਾਤਸ਼ਾਹ ਜੀ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਉਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜਾਏ ਸਜੇ ਦੀਵਾਨਾ ਅੰਦਰ ਇਲਾਹੀ ਬਾਣੀ ਦੇ ਕੀਰਤਨ ਸ਼ੇਪੋ ਉਚਾਰਨ ਕਰਨ ਦੀ ਸੇਵਾ ਕਰਨ ਦੀ ਬਲਬੁੱਧੀ ਸਮਰੱਥਾ ਪ੍ਰਦਾਨ ਕਰਨੀ ਬੜੀ ਸੁਣੀ ਗੁਰਬਾਣੀ ਦਾ ਸਮੁੱਚਾ ਭਾਵ ਧਾਰਾਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਿਲ ਫੁੱਲ ਭੇਟਾਵਾਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਰਬਤੋਂ ਦਰੋਂ ਘਰੋਂ ਗੁਰਸਿੱਖੀ ਦਾਨ ਨਾਮ ਦਾਨ ਪਰਿਵਾਰ ਦੇ ਸੀਸ ਤੇ ਮੇਰ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਬਖਸ਼ਿਸ਼ ਕਰਨੇ ਸੰਪਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦਿਓ ਸਜਣ ਆਸੀਸਰੀਆ ਜੋ ਹੋਵੇ ਸਾਰਿਕ ਸਿਉ ਮੇਲ ਦੇ ਮਾਂ ਵਾਕਾਂ ਅਨੁਸਾਰ ਸਮੂਹ ਸੰਗਤਾਂ ਦੀ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ ਸਰਦਾਰ ਵੇਲ ਸਿੰਘ ਜੀ ਕੋਲੋਂ ਸੰਸਾਰ ਵਿੱਚ ਵਿਚਰਦੇ ਆ ਜਾਣੇ ਅਣਜਾਣੇ ਹੋਈਆਂ ਭੁੱਲਾਂ ਨੂੰ ਨਾ ਜੀ ਤਾਰਦੇ ਆ ਸਦੀਵ ਕਾਲ ਆਪਣੇ ਚਰਨਾਂ ਚ ਨਿਵਾਸ ਬਖਸ਼ਿਸ਼ ਕਰਨਾ ਪਿੱਛੇ ਪਰਿਵਾਰ ਨੂੰ ਸਾਥ ਸੰਬੰਧੀਆਂ ਨੂੰ ਭਾਣੇ ਚ ਰਹਿਣ ਦਾ ਬਲ ਪ੍ਰਦਾਨ ਕਰਨਾ ਪਾਤਸ਼ਾਹ ਜੀ ਪਰਿਵਾਰ ਵੱਲੋਂ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਸਜ ਕੇ ਹਾਜ਼ਰ ਹੈ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀ ਸ਼ਕੇ ਸਵਾਸ ਸਵਾਸ ਆਪ ਜੀ ਦਾ ਨਾਮ ਜਪੇ ਅਰਦਾਸਾਂ ਜੋਤੜੀਆਂ ਪ੍ਰਵਾਨ ਕਾਨੂੰ ਨਿਹਾਲ ਕਿਰਦਾਰ ਕਰੋ ਜੇ ਸਹੀ ਪਿਆਰੇ ਵੇਲ ਬਿਨਾ ਮਿਲਿਆ ਜੀ ਦਾ ਨਾਮ ਚਿਰਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਭਨਾਮ ਮਰਨਾ ਆਇਆ ਵਿਛੋੜਾ ਸਭਨਾਮ
पुछो जाई सियाणिया अगे मिलनो किना जो दिन आवे सो दिन जाई करना कूचा रहन तिरनाई संग चलता है हम भी चलना दूर गवन सिर ऊपर करना सुखाओ टल गुर से भी है जन्म मरण दुख जाए हो वैसी पतक संबंधे दूर अर्शो पुरशां तुझ दिखे सत्य बादशाह मल जन्म जन्म दे सजण सदा सतनाम श्री वाहिगुरु साहिब जी तनासरी महला तीजा काजा धन संचय मूरख गावार मनमुख भुले अंध गावार काजा धन संचय मूरख गावार मनमुख भुले अंध गावार लिखया कै धन सदा दुख होए ना साथ जाए ना प्राप्त होए सच्चा धन गुरमती पाए कच्चा धन मन आवे जाए रहा मनमुख भुले सब मर हैं गवार पव जल डूबे ना उर्वार ना पार सतगुर भेटे पूरे भाग साच रते एन सवैराग जो युग में अमृत सच्ची बाणी पूरे भाग हर नाम समानी सिद्ध साधक तरसै सब लोए पूरे भाग प्राप्त होए सब किच साचा साचा है सोए उत्तम ब्रह्म पछाण गोए सच साचा सच आप दृढ़ाए नानक आपे विखै आपे सच लाए सब किच साचा साचा है सोए उत्तम ब्रह्म पछाण कोए सच साचा सच आप दृढ़ाए नानक आपे वेखै आपे सच लाए वाहिगुरु जी का
ਅਯੋਰੀ ਵਿੱਚ ਜੁੜੀ ਗੁਰੂ ਕੀ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰੋੜਾਂ ਹੀ ਖੰਡਾ ਬ੍ਰਹਮੰਡਾਂ ਦੇ ਮਾਲਕ ਅੱਗੇ ਸਾਰੀ ਸੰਗਤ ਨੇ ਮਿਲ ਕੇ ਬੇਨਤੀ ਜੋਦੀ ਅਰਦਾਸ ਕੀਤੀ ਹੈ ਕਿ ਸਾਡੇ ਬਜ਼ੁਰਗ ਸਾਡੇ ਸਤਿਕਾਰ ਜੋ ਸਰ ਵੇਦ ਸਿੰਘ ਜੀ ਸੇਠੀ ਸਾਹਿਬ ਨੂੰ ਅਕਾਲ ਪੁਰਖ ਆਪਣੇ ਚੰਗਾ ਜਮਾਤ ਬਖਸ਼ੇ, ਪਰਿਵਾਰ ਨੂੰ ਭਾਣਾ ਬਣਾਉਣਾ ਬਖਸ਼ੇ। ਜਿੱਥੇ ਤੱਕ ਸਰ ਵੇਦ ਸਿੰਘ ਜੀ ਸੇਠੀ ਦਾ ਤੱਕ ਹੈ ਉਹ ਕਿਸੇ ਵੀ ਜਾਣ ਪਛਾਣ ਦੇ ਮੁਤਾਜ ਨਹੀਂ, ਇੱਕ ਜਿਹੜੀ ਪਾਰਟੀ ਨਾਲ ਜੁੜੇ ਅਤੇ ਐਂਡ ਤੱਕ ਰਹੇ। ਔਰ ਮੈਂ ਸਮਝਦਾ ਕਿ ਅੱਜ ਦੇ ਜਗ ਬਾਣੀ ਦੇ ਵਿੱਚ ਵੀ ਬੜੀ ਵੱਡੀ ਖਬਰ ਛੱਪੀ ਟਕਸਾਲੀ ਬਾਰੇ। ਅੱਜ ਕੱਲ੍ਹ ਤਾਂ ਬਹੁਤ ਹੀ ਘੱਟ ਟਕਸਾਲੀ ਰਹਿ ਗਏ, ਨਹੀਂ ਤਾਂ ਅੱਜ ਕੱਲ੍ਹ ਤਾਂ ਜਿਵੇਂ ਪਾਰਟੀਆਂ ਬਦਲਣ ਨੂੰ ਆ ਬਦਲਦੇ ਲੋਕ ਜਿਵੇਂ ਕੱਪੜੇ ਬਦਲਦੇ। ਸਰ ਵੇਦ ਸਿੰਘ ਜੀ ਸੇਠੀ ਸਾਹਿਬ ਵਾਲੇ ਬੁਲਾਰੇ ਇੱਥੇ ਸਾਡੇ ਕੋਲ ਬਹੁਤ ਹੈ, ਲੇਕਿਨ ਸਿਰਫ ਦੋ ਬੁਲਾਰੇ ਨੂੰ ਮੈਂ ਸਮਾਂ ਦਿਆਂਗਾ ਕਿਉਂਕਿ ਆਪਾਂ ਸਮੇਂ ਦੇ ਮੁਤਾਬਿਕ ਹੀ ਸਾਰਾ ਕੰਮ ਕਰਨਾ। ਉਹਨਾਂ ਦੀ ਜ਼ਿੰਦਗੀ ਬਹੁਤ ਖੁੱਲ੍ਹੀ ਕਿਤਾਬ ਸੀ, ਇੱਕ ਐਸੇ ਇਨਸਾਨ ਸੀ ਉਹ, ਚਾਹੇ ਉਹ ਹਰ ਪਾਰਟੀ ਦਾ, ਚਾਹੇ ਸਰਕਾਰੀ ਦਾ ਬੰਦਾ ਸੀ, ਚਾਹੇ ਬੀਜੇਪੀ ਦਾ ਸੀ, ਚਾਹੇ ਆਪ ਦਾ ਸੀ ਅਤੇ ਚਾਹੇ ਕਾਂਗਰਸ ਦਾ ਬੰਦਾ ਸੀ, ਸਾਰੇ ਉਹਨੂੰ ਬੁਲਾਉਂਦੇ ਸੀ, ਆਪਣੇ ਕੰਮ ਕਰਾਉਂਦੇ ਸੀ। ਇੱਕ ਐਸੀ ਉਹਨਾਂ ਦੀ ਸ਼ਖਸੀਅਤ ਬਣ ਗਈ ਸੀ, ਇੱਕ ਐਸੀ ਜਿਹੜੀ ਹਰ ਇੱਕ ਨਾਲ ਮਿੱਠਾ ਬੋਲਣਾ, ਪ੍ਰੇਮ ਕਰਨਾ, ਉਹਨਾਂ ਦੇ ਕੰਮ ਕਰਨਾ। ਮੈਨੂੰ ਕੱਲ੍ਹ ਹੀ ਤਾਂ ਯਾਦ ਹੈ ਕਿ ਜਦੋਂ 2004 ਦੇ ਵਿੱਚ ਮੇਰੇ ਘਰੋਂ ਇਲੈਕਸ਼ਨ ਲੜੀ ਸ਼੍ਰੋਮਣੀ ਕਮੇਟੀ ਦੀ, ਤਾਂ ਉਹ ਖੁਦ ਹੀ ਘਰ ਚੱਲ ਕੇ ਆਏ। ਇਹ ਕਹਿੰਦੇ ਭਾਈ ਕਾਂਗਰਸੀ ਗੱਲ ਤੋਂ ਬਾਅਦ 'ਚ ਹੈ, ਕੋਈ ਕਾਂਗਰਸ ਨੇ ਇਲੈਕਸ਼ਨ ਲੜਨੀ ਨਹੀਂ ਅਤੇ ਤੇਰੇ ਘਰੋਂ ਕੱਢੀ ਹੈ ਅਤੇ ਮੇਰੀ ਜ਼ਿੰਮੇਵਾਰੀ ਬਣਦੀ ਹੈ ਤੇਰੀ ਮਦਦ ਕਰਨੀ, ਔਰ ਹਰ ਤਰ੍ਹਾਂ ਦੀ ਉਹਨਾਂ ਨੇ ਮਦਦ ਕੀਤੀ। ਮੈਂ ਤੁਹਾਡਾ ਬਹੁਤਾ ਸਮਾਂ ਨਾ ਲੈਂਦਾ ਹੋਇਆ, ਮੈਂ ਸਭ ਤੋਂ ਪਹਿਲਾਂ ਮਾਣੀ ਫਕੀਰ ਕੌਰ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਆ ਕੇ 2 ਮਿੰਟ ਵਾਸਤੇ ਸ਼ਰਧਾ ਦੇ ਸੰਸਕਾਰ ਭੇਂਟ ਕਰਨ। ਅੱਜ ਬਹੁਤ ਹੀ ਸੰਗਤ ਦੇ ਵਿੱਚ ਬੈਠੀਆਂ ਸੰਗਤਾਂ, ਬਿੱਟੂ ਜੀ ਬੈਠੇ ਹੈ, ਮੇਅਰ ਸਾਹਿਬ ਸਾਡੇ PRC ਚੇਅਰਮੈਨ ਬੈਠੇ ਸ਼ਰਮਾ ਜੀ, ਅਸ਼ਪਾਲ ਜੀ ਜੋੜਾ ਜੀ ਬੈਠੇ, ਸਰ ਦਰਸ਼ਨ ਸਿੰਘ ਜੀ ਬੈਠੇ ਹੈ, ਪਟਿਆ ਸਾਹਿਬ ਬੈਠੇ ਹੈ, ਸਾਡੇ ਸਾਹਿਬ ਸੁਰਜੀਤ ਸਿੰਘ ਜੀ ਕੋਹਲੀ ਜੀ ਬੈਠੇ ਹੈ, ਭਗਵਾਨ ਦਾ ਜਨੇਜਾ ਜੀ ਬੈਠੇ ਹੈ, ਸਾਰੀਆਂ ਪਾਰਟੀਆਂ 'ਚ ਉੱਠ ਕੇ ਲੋਕਾਂ ਨੇ ਆਪਣਾ ਸ਼ਰਧਾ ਸਤਿਕਾਰ ਭੇਂਟ ਕਰਨ ਵਾਸਤੇ ਆਏ ਹੈ। ਮੈਂ ਮਾਰੜੀ ਸਾਹਿਬ ਨੂੰ ਬੇਨਤੀ ਕਰਾਂਗਾ, ਇਹਨਾਂ ਤੋਂ ਬਾਅਦ ਵੀਰ ਜਵਿੰਦਰ ਸਿੰਘ ਜੀ ਬੋਲਣਗੇ, ਸਾਰੀ ਸੰਗਤ ਨੂੰ ਬੇਨਤੀ ਹੈ ਕਿ ਉਹਨਾਂ ਦੀ ਗੱਲ ਸੁਣ ਕੇ ਜਾਣਾ ਕਿਉਂਕਿ ਉਹਨਾਂ ਦੇ ਬਹੁਤ ਹੀ ਪੁਰਾਣੇ ਮਿੱਤਰ ਹੈ ਮਹਾਰਾਣੀ ਸਾਹਿਬ। ਅੱਜ ਪਟਿਆਲੇ ਸ਼ਹਿਰ ਦੇ ਵੱਖ ਵੱਖ ਕੋਣਿਆਂ ਤੋਂ, ਵੱਖ ਵੱਖ ਪਾਰਟੀਆਂ ਤੋਂ ਸਾਰੇ ਅਸੀਂ ਇਕੱਤਰ ਹੋਏ ਹਾਂ ਸਰਦਾਰ ਰਵਿੰਦਰ ਸਿੰਘ ਸੇਠੀ ਜੀ ਦੀ ਇਸ ਅੰਤਿਮ ਅਰਦਾਸ ਦੇ ਵਿੱਚ। ਇੱਕ ਬਹੁਤ ਵਧੀਆ ਨਾਗਰਿਕ, ਇੱਕ ਬਹੁਤ ਵਧੀਆ ਪਾਰਟੀ ਵਰਕਰ ਰਵਿੰਦਰ ਸਿੰਘ ਜੀ ਸੀਗੇ, ਤਾਂ ਅੱਜ ਮੈਂ ਆਪਣੇ ਵੱਲੋਂ, ਮਹਾਰਾਜਾ ਸਾਹਿਬ ਵੱਲੋਂ, ਆਪਣੇ ਪੂਰੇ ਪਰਿਵਾਰ ਵੱਲੋਂ ਔਰ ਖਾਸ ਕਰਕੇ ਆਪਣੀ ਪਾਰਟੀ ਵੱਲੋਂ ਉਹਨਾਂ ਦੇ ਸਾਰੇ ਪਰਿਵਾਰ ਦੇ ਇਸ ਦੁੱਖ ਦੇ ਵਿੱਚ ਸ਼ਾਮਿਲ ਹੈ। ਵਾਹਿਗੁਰੂ ਉਹਨਾਂ ਦੇ ਸਾਰੇ ਪਰਿਵਾਰ ਦੇ ਉੱਤੇ ਮਿਹਰ ਭਰਿਆ ਹੱਥ ਕਰਨ, ਫਲਦੇ ਫੁੱਲਦੇ ਰਹਿਣ, ਔਰ ਜੋ ਰਵਿੰਦਰ ਸਿੰਘ ਸੇਠੀ ਜੀ ਨੇ ਆਪਣਾ ਜੀਵਨ ਬਿਤਾਇਆ ਉਸ ਨੂੰ ਦੇਖਦੇ ਹੋਏ ਆਪਣੇ ਅੱਗੇ ਜੀਵਨ ਬਿਤਾਉਣ। ਸੋ ਇਹਨਾਂ ਗੱਲਾਂ ਦੇ ਨਾਲ ਮੈਂ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਦੀ ਹਾਂ ਔਰ ਵਾਹਿਗੁਰੂ ਅੱਗੇ ਇੱਕ ਵਾਰੀ ਫਿਰ ਅਰਦਾਸ ਕਰਦੀ ਹਾਂ ਕਿ ਇਸ ਪਰਿਵਾਰ ਦੇ ਉੱਤੇ ਮਿਹਰ ਭਰਿਆ ਸਿਰ ਦਾ ਆਪਣਾ ਹੱਥ ਰੱਖਣਾ ਇਹਨਾਂ ਦੇ ਸਿਰਾਂ 'ਤੇ, ਔਰ ਇਹ ਫਲਦੇ ਫੁੱਲਦੇ ਰਹਿਣ, ਇਹਨਾਂ ਨੂੰ ਅੱਗੇ ਕੋਈ ਦਿੱਕਤ ਨਾ ਆਏ, ਔਰ ਰਵੇਲ ਸਿੰਘ ਸੇਠੀ ਜੀ ਨੂੰ ਆਪਣੇ ਚਰਨਾਂ 'ਚ ਨਿਵਾਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿ ਜਿਹੜਾ ਉਹਨਾਂ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ, ਉਹਨਾਂ ਦੇ ਬੇਟੇ ਸਾਹਿਬ ਸੁੰਦਰ ਪਾਲ ਸਿੰਘ ਜੀ ਪਾਲੀ ਜੋ ਗੁਰੂ ਅਰਜਨ ਕੀਰਤਨ ਮੰਡਲ ਨਾਲ ਜੁੜੇ ਹੋਏ ਹੈ, ਉਹਨਾਂ ਦੀ ਅਰਦਾਸ ਦਾ ਦੇਖਣ ਸੁਣਨ ਵਾਲੀ ਹੁੰਦੀ ਹੈ ਕਿ ਕਿਸ ਤਰ੍ਹਾਂ ਭਿੱਜ ਕੇ ਅਰਦਾਸ ਕਰਦੇ ਹੈ। ਔਰ ਅਕਾਲਪੁਰ ਦੇ ਨਾਲ ਇਹ ਸਾਰਾ ਪਰਿਵਾਰ ਗੁਰੂ ਸਾਹਿਬ ਨਾਲ ਜੁੜਿਆ ਪਰਿਵਾਰ ਲੋਕਾਂ ਦੀ ਸੇਵਾ ਕਰਨ ਦੇ ਕਾਰਨ ਹਮੇਸ਼ਾ ਮੋਹਰੀ ਹੈ। ਮੈਂ ਸਰ ਬੇਨਤੀ ਦਸਿੰਦਰ ਨੂੰ ਬੇਨਤੀ ਕਰਾਂਗਾ ਕਿ ਉਹ ਆ ਕੇ ਜਿੱਥੇ ਪਰਿਵਾਰ ਦਾ ਧੰਨਵਾਦ ਵੀ ਕਰਨ, ਸਿੱਖ ਦਾ ਧੰਨਵਾਦ ਵੀ ਕਰਨਗੇ, ਉੱਥੇ ਲੰਗਰ ਵਾਸਤੇ ਬੇਨਤੀ ਵੀ ਕਰਨਗੇ। ਅਤੇ ਜਿਹੜੇ ਇਹਨਾਂ ਦੇ ਸਰਵੇਦ ਸਿੰਘ ਜੀ ਬਹੁਤ ਵੱਡੇ ਸਾਥੀ ਰਹੇ ਹੈ ਆਪਣੇ ਸਮੇਂ ਦੇ, ਉਹਨਾਂ ਦੇ ਨਾਲ ਬਿਤਾਏ ਪਲਾਂ ਦੇ ਵੀ ਜ਼ਰੂਰ ਸਾਂਝ ਕਰਨਗੇ। ਅਤੇ ਮੈਂ ਉਮੀਦ ਕਰਦਾ ਕਿ ਘੱਟ ਤੋਂ ਘੱਟ 10 ਮਿੰਟ ਇਹਨਾਂ ਦੀ ਗੱਲ ਜ਼ਰੂਰ ਸੁਣ ਕੇ ਜਾਇਓ। ਬਹੁਤ ਬਹੁਤ ਧੰਨਵਾਦ। ਸਰਵਰੇ ਕਾਇਨਾਤ ਅਲਿਤ ਸੁਖ, ਅਲਿਤ ਸੁਖ ਦੇ ਸਵਾਮੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਕੱਦਸ ਗੋਦ ਵਿੱਚ ਸਤਿਕਾਰਯੋਗ ਸਰਦਾਰ ਰਵਿੰਦਰ ਸਿੰਘ ਜੀ ਸੇਠੀ ਹੋਰਾਂ ਵਾਸਤੇ, ਉਹਨਾਂ ਦੀ ਰੂਹ ਦੀ ਸ਼ਾਂਤੀ ਲਈ ਆਪਣੀਆਂ ਦੁਆਵਾਂ, ਆਪਣੀਆਂ ਆਖਰੀ ਇਲਤਜ਼ਾਵਾਂ
ਤੇ ਅਰਦਾਸ ਲੈ ਕੇ ਜੁੜੀ ਗੁਰੂ ਰੂਪ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਸਾਰੀ ਸੰਗਤ ਨੂੰ ਰਾਗੀ ਸਿੰਘ ਸ਼ਬਦ ਸਰਵਣ ਕਰਵਾ ਰਹੇ ਸਨ। ਬਾਬਾ ਬੋਲਤੇ ਥੇ ਕਹਾਂ ਗਏ ਦੇਹੀ ਕੇ ਸੰਗ ਰਹਿਤੇ ਸੁਰਤੀ ਮੈਂ ਤੁਮ ਨਿਰਤੇ ਕਰਤੇ ਕਥਾ ਵਾਰਤਾ ਕਹਿ। ਸਹੀ ਵਾਲਿਆਂ ਵਿੱਚ ਅੱਜ ਮਹਿਸੂਸ ਹੋ ਰਿਹਾ ਕਿ ਇੰਨੀ ਵੱਡੀ ਰਸੂਲਦਾਰ ਸ਼ਖਸੀਅਤ, ਇੰਨੀ ਵੱਡੀ ਮਿਹਨਤੀ ਸੀ ਸ਼ਖਸੀਅਤ, ਜਿਨ੍ਹਾਂ ਦੇ ਪਾਸ, ਜਿਨ੍ਹਾਂ ਦੀ ਸੱਥ ਵਿੱਚ ਹਰ ਪਾਰਟੀ ਦਾ ਬੰਦਾ ਉੱਥੇ ਆਉਂਦਾ, ਉਹਨਾਂ ਪਾਸ ਬੈਠਦਾ, ਵਿਚਾਰ ਵਿਮਰਸ਼ ਕਰਦਾ, ਚਾਹ ਪਾਣੀ ਪੀਂਦਾ, ਪਰ ਉਹ ਹਰ ਆਉਣ ਵਾਲੇ ਬੰਦੇ ਦਾ ਇਸਤਕਬਾਲ ਕਰਦੇ। ਮੈਨੂੰ ਲਗਭਗ ਹਰ ਦੂਸਰੇ ਤੀਸਰੇ ਦਿਨ ਜਦੋਂ ਵੀ ਮੈਂ ਪਟਿਆਲੇ ਹੁੰਦਾ, ਮੈਂ ਦੁਪਹਿਰ ਨੂੰ ਉਹਨਾਂ ਕੋਲ ਹਰ ਹਾਲਤ 'ਚ ਜਾਂਦਾ ਸੀ, ਅਤੇ ਜੇ ਕਿਤੇ ਦੋ ਤਿੰਨ ਦਿਨ ਨਾ ਜਾਣਾ ਤਾਂ ਉਹਨਾਂ ਦਾ ਫੋਨ ਆਉਣਾ ਕਿ ਸੁੱਖ ਤਾਂ ਹੈ, ਤੁਸੀਂ ਆਏ ਨਹੀਂ। ਇੱਕ ਬੜੀ ਦਿਲਚਸਪ ਗੱਲ, ਸੇਠੀ ਸਾਹਿਬ ਨੂੰ ਸਾਰਿਆਂ ਨੇ ਕਈ ਵਾਰੀ ਪੁੱਛਣਾ ਕਿ ਸੇਠੀ ਸਾਹਿਬ ਉਮਰ ਕਿੰਨੀ ਹੋ ਗਈ ਹੈ, ਅਤੇ ਉਹ ਕਿਸੇ ਨੂੰ ਆਪਣੀ ਉਮਰ ਨਹੀਂ ਸੀ ਦੱਸ ਸਕਦਾ। ਇੱਕ ਦਿਨ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਹਿੰਦ ਸਮਾਚਾਰ 'ਚ ਜੇ ਕੋਈ ਖਬਰ ਛੱਪੀ ਹੁੰਦੀ ਹੈ ਅਤੇ ਉਹ ਖਬਰ ਮੈਂ ਤੁਹਾਡੇ ਕੋਲੋਂ ਆ ਕੇ ਸੁਣ ਲਾਂ, ਅਤੇ ਹਿੰਦ ਸਮਾਚਾਰ ਤੁਹਾਡੀ ਉਮਰ ਨੂੰ ਦੀ ਤਸਦੀਕ ਕਰ ਦਿੰਦਾ, ਕਿਉਂਕਿ ਹੁਣ ਵਾਲੀ ਪੀੜ੍ਹੀ ਨੂੰ ਤਾਂ ਉਦੋਂ ਹੀ ਨਹੀਂ ਆਉਂਦਾ ਹੈਗਾ। ਉਦੋਂ ਬਾਅਦ ਉਹਨਾਂ ਨੇ ਹਿੰਦ ਸਮਾਚਾਰ ਹੀ ਬੰਦ ਕਰਵਾ ਦਿੱਤਾ ਔਰ ਨੌਜਵਾਨਾਂ ਦੇ ਨਾਲ ਨੌਜਵਾਨ, ਬਜ਼ੁਰਗਾਂ ਦੇ ਨਾਲ ਬਜ਼ੁਰਗ। ਮੈਂ ਜਿੰਨੀਆਂ ਵੀ ਸ਼ਹਿਰ ਵਿੱਚ ਕਿਸੇ ਫਿਰਕੇ ਵਿੱਚੋਂ ਬੰਦਾ ਹੋਵੇ, ਕਿਸੇ ਦੀ ਮੌਤ ਹੋਈ ਹੈ, ਜਿੰਨੀ ਹਾਜ਼ਰੀ ਸ਼ਮਸ਼ਾਨ ਦੀ ਸਰਦਾਰ ਰਵਿੰਦਰ ਸਿੰਘ ਸੇਠੀ ਨੇ ਭਰੀ ਹੈ, ਤਾਂ ਵਕਤ ਮੌਤ, ਕਿੰਨੇ ਬਿਮਾਰ ਹੋਣ, ਕਿਸੇ ਨਾ ਕਿਸੇ ਦੇ ਸਕੂਟਰ 'ਤੇ ਲਟਕ ਕੇ ਸ਼ਮਸ਼ਾਨ ਵਿੱਚ ਵੀ ਪਹੁੰਚਣਾ, ਚਾਹੇ ਉਹ ਤ੍ਰਿਪੀ ਦਾ ਸ਼ਮਸ਼ਾਨ ਹੋਵੇ, ਚਾਹੇ ਵੀਰ ਜੀ ਦਾ ਹੋਵੇ, ਚਾਹੇ ਕੋਈ ਹੋਰ ਸ਼ਮਸ਼ਾਨ, ਹਰ ਜਗ੍ਹਾ ਉਹਨਾਂ ਨੇ ਪਹੁੰਚਣਾ, ਹਰੇਕ ਦੇ ਦੁੱਖ ਵਿੱਚ ਸ਼ਰੀਕ ਹੋਏ। ਟਕਸਾਲੀ ਕਾਂਗਰਸ ਸਾਰਾ ਦਿਨ ਕਾਂਗਰਸ ਪ੍ਰਤੀ ਸ਼ਿਕਾਇਤ ਕਰਨੀ, ਜਦ ਵੋਟ ਦਾ ਸਮਾਂ ਆਉਣਾ ਪੰਜ ਸੱਤ ਦਿਨ ਰੁੱਸੇ ਰਹਿਣਾ, ਮੁੜ ਕੇ ਫਿਰ ਮੰਨ ਜਾਣਾ, ਫਿਰ ਕਹਿਣਾ ਵੋਟ ਦਾ ਕਾਂਗਰਸ ਨੂੰ ਹੀ ਪਾਉਣੀ ਹੈ, ਅਤੇ ਤੁਸੀਂ ਸਾਰੇ ਇਸ ਚੀਜ਼ ਦੇ ਗਵਾਹ ਹੈ, ਕਿਉਂਕਿ ਇਹ ਨਹੀਂ ਬਈ ਹੁੰਦਾ ਵੋਟ 'ਤੇ ਆਪਣੀ ਕਾਂਗਰਸ ਨੂੰ ਹੀ ਪਾਉਣਾ। ਅਖੀਰ ਵੀ ਅਖੀਰ ਵੇਲੇ ਤੱਕ ਉਹਨਾਂ ਦੀ ਇਹ ਕਮਿਟਮੈਂਟ ਰਹੀ। ਅਨਫੋਰਚੁਨੇਟਲੀ ਜਿਸ ਦਿਨ ਉਹ ਬਿਮਾਰ ਹੋਏ ਮੈਨੂੰ ਪਤਾ ਚੱਲਿਆ, ਫਿਰ ਉਹ ਸ਼ਫਾ ਖਾਨ ਨੇ ਚਲੇ ਗਏ, ਮੋਹਾਲੀ ਦੇ ਸਭ ਤੋਂ ਵੱਡੇ ਹਸਪਤਾਲ ਵਿੱਚ ਦਾਖਲ ਰਹੇ, ਡਾਕਟਰਾਂ ਨਾਲ ਹਰ ਵੇਲੇ ਰਾਬਤਾ ਰਹਿੰਦਾ ਸੀ, ਫਿਰ ਇੱਕ ਦਫ਼ਾ ਘਰ ਆ ਗਏ, ਦੁਬਾਰਾ ਫਿਰ ਤਕਲੀਫ ਹੋਈ, ਫਿਰ ਪੀ ਜੀ ਆਈ ਚਲੇ ਗਏ। ਪੀ ਜੀ ਆਈ ਦੇ ਡਾਕਟਰਾਂ ਨਾਲ ਵੀ ਅਸੀਂ ਮੁਸਲਸਲ ਰਾਬਤੇ ਵਿੱਚ ਸੀ, ਜਿਸ ਦਿਨ ਆਖਰੀ ਮੈਂ ਟੈਲੀਫੋਨ ਹੈੱਡ ਆਫ ਦੀ ਡਿਪਾਰਟਮੈਂਟ ਨੂੰ ਕੀਤਾ ਕਿ ਸਾਡੇ ਬਹੁਤ ਪਿਆਰੇ ਮਿੱਤਰ ਹਨ, ਫਰੀਡਮ ਫਾਈਟਰ ਨੇ, ਦੱਸੋ ਮੈਨੂੰ ਸਹੀ ਦੱਸੋ ਹਾਲਤ ਕੀ, ਅਤੇ ਮੈਨੂੰ ਹੈੱਡ ਆਫ ਦੀ ਡਿਪਾਰਟਮੈਂਟ ਨੇ ਕਿਹਾ ਕਿ ਪੇਸ਼ੈਂਟ ਇਜ਼ ਔਨ ਹਿਜ਼ ਲਾਸਟ ਲੈਗਸ, ਆਖਰੀ ਵਕਤ ਜਿਹੜਾ ਹੈ ਉਹ ਗਰੀਬ ਆ ਗਿਆ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਪਰ ਲੱਗਦਾ ਹੈ ਕੋਈ ਕੋਸ਼ਿਸ਼ ਹੁਣ ਸਫਲ ਨਹੀਂ ਹੋਏਗੀ, ਹਾਲਾਤ ਇਸ ਤਰ੍ਹਾਂ ਦੇ ਬਣ ਗਏ। ਸਤਸੰਗ ਜਦੋਂ ਕੋਈ ਮਿੱਤਰ ਪਿਆਰਾ, ਕੋਈ ਪਰਿਵਾਰ ਦਾ ਜੀ ਸਾਡੇ ਤੋਂ ਵਿਛੜਦਾ, ਜਦੋਂ ਉਸਨੂੰ ਅਸੀਂ ਚਿਖਾ ਵਿੱਚ ਵਿਰਾਜਮਾਨ ਕਰਕੇ ਜਦੋਂ ਅੱਗ ਦੀਆਂ ਲਾਟਾਂ ਵੱਲ ਦੇਖਦੇ ਹਾਂ, ਉਦੋਂ ਫਿਰ ਅਹਿਸਾਸ ਹੁੰਦਾ, ਬਸ ਹੁੰਦਾ ਪਲ ਭਰ ਲਈ ਇਸ ਦੁਨੀਆਂ ਮੇਂ
अपना क्या है, कहने को सब कुछ अपना है। जब दुनिया च विचरते हो तो उ लगता भी सारा संसार साडा, हर चीज साडी, हर चीज साडे नाल जाए, पर हकीकत यह है कि इत्थे कुछ भी साडा नहीं है। हर बंदे ने निश्चित समा जो उस मालिक ने सानू बख्शिश की वो मुताबिक असा सारे ने चली जाए। महाराज ने फरमाया बिरखा हेठ सब जनते कट्ठे, एक तत्ते एक बोलन मिठे, अस्त उदोत भय उठ चले, ज्यों ज्यों औत विहार। असी सारे संसार विच विचरदे हां, मिठिया गल्लां करन वाले भी ने, कौड़े बोल बोलन वाले भी ने। इस जीवन दे रुख ते असी सारे बैठे हां ते उस मालिक तो सवासां दी पूंजी लैके आए। जदों पूंजी मुक जानी है उहदा बुलावा आ जाए ते महाराज फरमाउंदे ने अस्त उदोत भय उठ चले। अस्त कहिंदे ने तरकाला नूं, शामां नूं सूरज दे डुबण दा समां, उदोत आखदे ने सूरज दे उदय होण दा समां। कोई तरकाला नूं चलिया गया, कोई सवेरे नूं चलिया गया। ज्यों ज्यों औध विहाणियां, औध हैगी अवधि समां सीमा, सवासां दी पूंजी विहाणियां समाप्ति। जिवें सवासां दी पूंजी समेट ली ਜਿਵੇਂ ਉਸ ਮਾਲਕ ਦਾ ਹੁਕਮ ਆਉਂਦਾ ਅਤੇ ਸਾਨੂੰ ਜਾਣਾ ਪੈਣਾ। ਸਮੇਂ ਦੀ ਪਾਬੰਦੀ ਹੈ ਪਰਮ ਮਿੱਤਰ ਸਾਧਨ। ਪਿਛਲੇ 26-27 ਵਰ੍ਹਿਆਂ ਤੋਂ ਪਲ ਪਲ ਸਵਾਸ ਸਵਾਸ ਉਹਨਾਂ ਦੇ ਨਾਲ ਮਿੱਤਰਤਾ ਚ ਨਿਭਾਏ। ਮੈਂ ਉਹਨਾਂ ਦੀ ਗੱਲ ਦੀ ਤਾਰੀਫ ਕਰਦਾ ਕਿ ਉਹ ਯਾਰਾਂ ਦੇ ਯਾਰ ਸਨ, ਬੰਦੇ ਨਾਲ ਖੜਨ ਵਾਲੇ ਸਨ। ਉਹਨਾਂ ਨੇ ਕਦੇ ਮਿੱਤਰਾਂ ਨੂੰ ਪਿੱਠ ਦੇਣੀ ਨਹੀਂ ਸਿੱਖੀ। ਜਿਹੜਾ ਵੀ ਬੰਦਾ ਉਹਨਾਂ ਪਾਸ ਇਮਦਾਦ ਮੰਗਣ ਵਾਸਤੇ ਚਲਾ ਗਿਆ, ਉਹਨਾਂ ਨੇ ਹਰ ਚੰਦ ਕੋਸ਼ਿਸ਼ ਕੀਤੀ, ਪੁੱਠੇ ਹੋ ਕੇ ਲਟਕਣ ਤੱਕ ਗਏ ਕਿ ਮੈਂ ਉਸਦੀ ਮਦਦ ਕਰ ਸਕਾਂ। ਉਹਨਾਂ ਨੂੰ ਸ਼ਰਧਾਂਜਲੀ ਵਜੋਂ ਮੈਨੂੰ ਅੱਜ ਬੈਠੇ ਬੈਠੇ ਸ਼ੇਖ ਸ਼ਾਦੀ ਈਰਾਨ ਦੇ ਫਾਰਸੀ ਦੇ ਬਹੁਤ ਵੱਡੇ ਸ਼ਾਇਰ ਹੋਏ ਨੇ, ਉਹਨਾਂ ਦਾ ਇੱਕ ਸ਼ੇਰ ਯਾਦ ਆਇਆ ਜੋ ਸੇਠੀ ਸਾਹਿਬ ਦੀ ਸ਼ਖਸੀਅਤ 'ਤੇ ਪੂਰਾ ਡੁੱਬਦਾ। ਸ਼ੇਖ ਸ਼ਾਦੀ ਫਰਮਾਉਂਦੇ ਨੇ ਕਿ ਸਾਇਸੇ ਦੋ ਗੀਤੀ ਤਫਸ਼ੀਰ ਈਂ ਤੁਹਾਰ ਫਸ਼ ਬਾ ਦੋਸਤਾਂ ਤਲਤਫ ਬਾ ਦੁਸ਼ਮਨਾ ਮਦਾਰਾ। ਤੁਹਾਡੀ ਸਹੂਲਤ ਲਈ ਮੈਂ ਇਸਦਾ ਤਰਜਮਾ ਕਰਦਾ। ਅਸਾਈਸੇ ਦੋ ਗੀਤੀ, ਅਸਾਈਸ ਹੁੰਦੀਆਂ ਨੇ ਦੌਲਤਾਂ, ਅਸਾਈਸੇ ਦੋ ਗੀਤੀ। ਦੋ ਗੀਤੀ ਦਾ ਮਤਲਬ ਹੈ ਦੋ ਜਹਾਨ। ਉਸ ਬੰਦੇ ਨੂੰ ਦੋ ਜਹਾਨ ਦੀਆਂ ਦੌਲਤਾਂ, ਤਫਸ਼ੀਰ ਹੀ ਦੋ ਹਰਫਸ਼, ਇਸ ਧਰਤੀ 'ਤੇ ਹੀ ਨਸੀਬ ਹੋ ਜਾਂਦੀਆਂ ਨੇ ਦੋ ਜਹਾਨ ਦੀਆਂ ਦੌਲਤਾਂ, ਜਿਹਦੇ ਵਿੱਚ ਇਹ ਦੋ ਵਸਫ ਹੋਣ। ਕਿਹੜੇ ਕਿਹੜੇ? ਬਾ ਦੋਸਤਾਂ ਤਲਤਫ, ਦੋਸਤਾਂ ਦੇ ਕੰਮ ਆਉਣ ਵਾਲਾ ਹੋਵੇ, ਦਰਦਮੰਦ ਇਨਸਾਨ ਹੋਵੇ। ਬਾ ਦੁਸ਼ਮਨਾ ਮਦਾਰਾ, ਜਿਹਦਾ ਨਾਂ ਦੁਸ਼ਮਣ ਵੀ ਜਿਹੜੇ ਨੇ ਉਹ ਮਦਾਰਤ ਨਾ ਲੈਂਦੇ ਹੋਣ, ਅਦਬ ਨਾ ਲੈਂਦੇ ਹੋਣ, ਉਸ ਮਨੁੱਖ ਨੂੰ ਇਸ ਧਰਤੀ 'ਤੇ ਦੋਨੋਂ ਜਹਾਨ ਦੀਆਂ ਦੌਲਤਾਂ ਨਸੀਬ ਹੋ ਜਾਂਦੀਆਂ। ਮੈਂ ਸਮਝਦਾ ਹਾਂ ਕਿ ਸਾਡੇ ਪਰਮ ਮਿੱਤਰ ਨੂੰ ਇਹ ਜਿਹੜੀਆਂ ਦੌਲਤਾਂ ਸੀਗੀਆਂ ਦੋਨੋਂ ਜਹਾਨ ਦੀਆਂ ਇਸ ਧਰਤੀ 'ਤੇ ਨਸੀਬ ਸਨ। ਜਾਣਾ ਹਰੇਕ ਨੇ ਆਪਣਾ, ਸਾਰਿਆਂ ਦਾ ਸਮਾਂ ਜਿਹੜਾ ਹੈਗਾ ਉਹ ਮੁਅੱਯਨ ਹੈ। ਸਾਡੇ 'ਤੇ ਕੋਈ ਮਹਾਰਾਜ ਨੇ ਕਿਰਪਾ ਕੀਤੀ ਹੈ ਕਿ ਕਿਸੇ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ, ਪਰ ਕੁਝ ਬੰਦਿਆਂ ਨੂੰ ਪਹਿਲਾਂ ਥੋੜ੍ਹੀ ਇੰਟਿਊਸ਼ਨ ਹੋ ਵੀ ਜਾਂਦੀ। ਸੇਠੀ ਸਾਹਿਬ ਨੂੰ ਵੀ ਹੋ ਗਈ ਸੀ, ਸੇਠੀ ਸਾਹਿਬ ਨੂੰ ਵੀ ਹੋ ਗਈ ਸੀ, ਕਿਉਂਕਿ ਜਾਣ ਤੋਂ ਪਹਿਲਾਂ ਉਹਨਾਂ ਨੇ ਜਿਹੜੀਆਂ ਆਖਰੀ ਆਪਣੀਆਂ ਜ਼ਿੰਮੇਵਾਰੀਆਂ ਸੀ ਉਹ ਪਿਓਟ ਦਿੱਤੀਆਂ ਸੀ। ਸਾਰੀ ਜਾਇਦਾਦ ਠੀਕ ਢੰਗ ਨਾਲ ਆਪਣੇ ਪੁੱਤਰਾਂ ਵਿੱਚ ਤਕਸੀਮ ਕਰ ਦਿੱਤੀ ਸੀ, ਸਾਰਾ ਕੰਮ ਮੁਕਾ ਦਿੱਤਾ ਸੀ। ਪਾਲੀ ਨੂੰ ਆਖਿਆ ਕਿ ਮੈਂ, ਪਾਲੀ ਨੂੰ ਦੱਸਿਆ ਉਹਨਾਂ ਨੇ ਕਿ ਮੈਂ ਹੁਣ ਨੱਬਿਆਂ ਤੋਂ ਟੱਪ ਗਿਆ ਅਤੇ ਕਿਸੇ ਵੇਲੇ ਵੀ ਉਹਦਾ ਬੁਲਾਵਾ ਆ ਸਕਦਾ, ਇਸ ਕਰਕੇ ਇਹ ਕੰਮ ਮੈਂ ਮੁਕਾਉਣਾ ਚਾਹੁੰਦਾ। ਐਂਡ ਹੀ ਹੈਜ਼ ਡਨ ਐਵਰੀਥਿੰਗ, ਉਹਨਾਂ ਨੂੰ ਇਹ ਇੰਟਿਊਸ਼ਨ ਸੀ। ਪਰ ਐਸੇ ਹੋਏ ਬਿਮਾਰ ਕਿ ਬਸ ਫਿਰ ਠੀਕ ਨਹੀਂ, ਉੱਧਰ ਦੀ ਉੱਧਰ ਹੀ ਚਲੇ ਗਏ। ਨਾ ਮੁੜ ਕੇ ਗੁਫ਼ਤਗੂ ਕਰਨ ਦਾ ਮੌਕਾ ਮਿਲਿਆ, ਨਾ ਗੱਲਬਾਤ ਕਰਨ ਦੀ। PGI 'ਚ ਵੀ ਗਏ, ਮੈਂ ਪੁੱਛਿਆ ਬੇਟੇ ਨੂੰ
शैली में मैं कहा बेटा जी अखा पटते ने जे देख सकन जे मिल सकन जे साड़ी आखिरी दुआ कबूल कर सकन ते मैं कहता नहीं अंकल वक्त गुजर गया ना अखा खोलते ने गल कर दी तो गल दूर गई सो असी आखिरी समय उन्होंने दुआ सलाम भी नहीं कर सके और बड़े नेड़े हो ना रोक सके उनको ना थाम सके दामन बड़े गरीब से उठकर चला गया कोई ही साडा प्यारा मित्र साहब सिंह सेठी इस शहर का बड़ा शहरदार बड़ा रसूखदार हर बंदे काम करने वाला और मैं महसूस करता कि उन्होंने जान ऐसे बंदियों के जान माशरा जोड़ा है समाज वो गरीब हो जाता है असी गरीब हो गए हूँ फिर वक्त लगेगा कोई रवेद सिंह फिर जमेगा तो 90 वरे जीवेगा तो लोगों गलवकड़ियाँ पाएगा मिठिया गल् करेगा मित्रता हंडाएगा दुख सुख में काम आएगा फिर कदे एड्डी वीडी लोगों की भीड़ी रूह की अरदास कर एक कोई सौखा पैंडा नहीं वड्डा पैंडा निभा के वो गए ने अपना नाम बना के गए ने असी सारे उन्हां तो महरूम हो गए परिवार सारा वड्डे बजुर्ग तो महरूम हो गया वड्डा मुकाम है वड्डा रुख सी रवेद सिंह उसकी छां हेठ सारे पल रहे सन मैनू परिवार वालों हुक्म होया कि बाल दिता कि मैं तुहाडा सारिआं दा धन्नवाद करना मैं देख रहा बहुत सारिया मायानाज शख्सियत अलग अलग पार्टियों बच्चों समाजिक रुतबे रखने वाले बहुत सारे लोग संगत के विराजमान ने दिल करता सी कि सारे एक एक दो दो मिनट बोल दें पर परिवार का यह फैसला सी कि समाप्ति जी है सही टाइम पर कर दी जाए ताकि सारी संगत लंगर छक के जाए मैं इन्होंने शब्दों के नाल तुहाडा सारी संगत का दोस्तों मित्रा रिश्तेदार सारे का धन्यवाद करता तुम उन्होंने अंतम अरदास शामिल रहे हो तो बेनती करता हाँ परिवार वालों सारे प्रसाद लैन तो बाद लंगर छक के जाए वाहेगुरू जी का खालसा श्री वाहेगुरू जी की फतह
माता जी महाराज पूछो ठीक है।